ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਅੱਜ ਇੱਕ ਮਹਾਨ ਸ਼ਕਤੀ ਉਹਨਾਂ ਦੇ ਨਾਲ ਇੰਟਰਵਿਊ ਕਰਨ ਜਾ ਰਿਹਾ ਮੈਂ। ਬੜੀ ਖੁਸ਼ੀ ਦੀ ਗੱਲ ਹੈ ਜਦੋਂ ਅਸੀਂ ਸਿੱਖ ਜਗਤ ਦੇ ਵਿੱਚ ਇਹ ਗੱਲ ਦੇਖਦੇ ਹਾਂ, ਕੋਈ ਇਸ ਪਦਵੀ ਦੇ ਉੱਤੇ ਪਹੁੰਚ ਜਾਵੇ ਤਾਂ ਫਿਰ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਅਤੇ ਜਦੋਂ ਇਹ ਪਤਾ ਲੱਗਾ ਕਿ ਜੇ ਸਿੰਘ ਹਾਈਐਸਟ ਰੈਂਕਿੰਗ ਆਫਿਸਰ ਇਨ ਦਾ ਇੰਡੀਅਨ ਆਰਮੀ, ਉਹ ਅੱਜ ਸਟੂਡੀਓ ਦੇ ਵਿੱਚ ਆਏ ਨੇ, ਤਾਂ ਫਿਰ ਕਿਉਂ ਨਹੀਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਲਓ ਆਓ ਮੁਲਾਕਾਤ ਕਰਦੇ ਹਾਂ, ਨਾਲੇ ਉਹਨਾਂ ਦੇ ਸਾਰੀ ਜ਼ਿੰਦਗੀ ਦੇ ਗੱਲਬਾਤ ਪੁੱਛਦੇ ਹਾਂ। ਜੇ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦਾ ਸਿੱਖ ਚੈਨਲ। ਅੱਜ ਖੁਸ਼ੀ ਹੋ ਰਹੀ ਹੈ ਮੈਨੂੰ ਆਪ ਦਿਲੋਂ ਕਿ ਜਦੋਂ ਇਹ ਦੇਖਦੇ ਹਾਂ ਕਿ ਜਦੋਂ ਜੇ ਸਿੰਘ ਨਾਂ ਸੁਣਦੇ ਹੁੰਦੇ ਸੀ, ਫਿਰ ਅੱਜ ਉਹਨਾਂ ਦੇ ਨਾਲ ਸਾਹਮਣੇ ਸਾਹਮਣੇ ਗੱਲ ਕਰ ਰਹੇ ਹਾਂ। ਅਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਬੈਕਗਰਾਊਂਡ ਹੈ, ਤੁਸੀਂ ਜਨਮ ਕਿੱਥੋਂ ਅਤੇ ਕਿੱਦਾਂ ਕਿਸ ਟਾਈਮ ਦੇ ਉੱਤੇ ਇਹ ਆਰਮੀ ਦੇ ਵੱਲ, ਇਸ ਗੱਲਾਂ ਕਰਾਂਗੇ। ਅਤੇ ਪਹਿਲੇ ਤਾਂ ਇਹ ਦੱਸੋ ਤੁਸੀਂ ਆਪ ਜੀ ਦਾ ਜਨਮ, ਕਿਉਂਕਿ ਪਾਕਿਸਤਾਨ ਬਣ ਗਿਆ ਸੀ ਅਤੇ ਉਸ ਦਿਨ ਹੋਇਆ ਸੀ ਜਾਂ ਇੰਡੀਆ ਦੇ ਵਿੱਚ ਹੋਇਆ ਸੀ? ਪਹਿਲੀ ਗੱਲ ਤਾਂ ਮੈਂ ਸਿੱਖ ਚੈਨਲ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਆਪਦੇ ਦਰਸ਼ਕਾਂ ਨੂੰ, ਆਪਦੇ ਵਿਊਅਰਸ ਨੂੰ ਮੈਂ ਕੁਛ ਆਪਣੀ ਗੱਲਾਂ ਦੱਸ ਸਕਾਂ। ਸਭ ਤੋਂ ਪਹਿਲੇ ਜੀ, ਮੇਰਾ ਜਨਮ ਹੋਇਆ ਸੀਗਾ ਇੰਡੀਆ ਅਨਡਿਵਾਈਡਿਡ। ਮੈਂ 1945 ਵਿੱਚ ਪੈਦਾ ਹੋਇਆ ਸੀ। ਮੇਰੇ ਫਾਦਰ ਆਰਮੀ ਦੇ ਅਫਸਰ ਸੀਗੇ, ਇਸ ਕਰਕੇ ਮੈਂ ਬਹਾਵਲਪੁਰ ਕੰਟੋਨਮੈਂਟ 'ਚ ਪੈਦਾ ਹੋਇਆ ਸੀ ਜੀ ਜੀ। ਔਰ ਉਹ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਜਿੱਥੇ ਜਿੱਥੇ ਵੀ ਉਹਨਾਂ ਦੀ ਬਹੁਤ ਬਦਲੀਆਂ ਹੁੰਦੀਆਂ ਰਹੀਆਂ, ਮੈਂ ਪੂਰੇ ਹਿੰਦੁਸਤਾਨ ਵਿੱਚ ਮੇਰਾ ਬਚਪਨ ਨਿਕਲਿਆ। ਔਰ ਪਹਿਲਾ ਮੌਕਾ ਜਦੋਂ ਮੈਨੂੰ ਮਿਲਿਆ ਕਿ ਬਈ ਮੈਂ NDA ਵਾਸਤੇ ਐਲੀਜੀਬਲ ਹਾਂ, ਮੈਂ NDA ਦੀ ਇਗਜ਼ਾਮ ਦਿੱਤੀ ਔਰ ਮੈਂ ਫਸਟ ਆਇਆ ਔਰ ਮੈਂ NDA ਦੇ ਵਿੱਚ ਐਂਟਰ ਕਰ ਗਿਆ। ਇਹ ਕੀ ਜੋ ਕਿ ਆਪਦੇ ਫਾਦਰ ਜੀ ਆਰਮੀ ਦੇ ਵਿੱਚ ਹੋਣ ਕਰਕੇ ਤੁਸੀਂ ਇਹ ਲਾਈਨ ਲੈ ਲਈ, ਜਾਂ ਮਤਲਬ ਕਿ ਕਈ ਵਾਰੀ ਇੱਦਾਂ ਹੁੰਦਾ ਵੀ ਬਚਪਨ ਦੇ ਵਿੱਚ ਹੁੰਦਾ ਵੀ ਮੈਂ ਆਹ ਕਰਨਾ, ਮੈਂ ਉਹ ਕਰਨਾ, ਕਿ ਕਈ ਵਾਰੀ ਇਹ ਹੁੰਦਾ ਵੀ ਇਨਹੈਰੀਟੈਂਸ ਹੋ ਜਾਂਦੀ ਅਤੇ ਉਸ ਲਾਈਨ 'ਤੇ ਬੰਦਾ ਫੋਲੋ ਕਰ ਲੈਂਦਾ? ਇਸ ਬੜਾ ਇੰਟਰਸਟਿੰਗ ਸਵਾਲ ਤੁਸੀਂ ਪੁੱਛਿਆ। ਇਹ ਇਸ ਤਰ੍ਹਾਂ ਹੋਇਆ ਕਿ ਪੈਦਾਸ਼ ਤੋਂ ਬਾਅਦ ਅਸੀਂ ਆਰਮੀ ਦੇ ਮਾਹੌਲ 'ਚ ਵੱਡੇ ਹੋਏ ਜੀ, ਅਤੇ ਦਾਦਾ ਜੀ ਵੀ ਆਰਮੀ 'ਚ ਸੀਗੇ। ਮੈਂ 3rd generation ਆਇਆ ਜੀ। ਉਹ ਫਸਟ ਵਰਲਡ ਵਾਰ ਸੋਲਜਰ ਸੀਗੇ ਅਤੇ ਉਹਨਾਂ ਨੇ ਆਪਣੇ ਵੱਡੇ ਜੰਗ ਦੀਆਂ ਕਹਾਣੀਆਂ ਸੁਣਾਉਣੀਆਂ ਸਾਨੂੰ ਬਚਪਨ 'ਚ, ਅਤੇ ਨਾਲ ਉਸ ਜ਼ਮਾਨੇ 'ਚ ਜਿਹੜੀਆਂ ਫਿਲਮ ਬਣੀਆਂ ਸੀਗੀਆਂ, ਟੂ ਹੈਲ ਐਂਡ ਬੈਗ, ਬ੍ਰਿਜ ਔਨ ਦਾ ਰਿਵਰ ਕੁਆਏ, ਇਹ ਵਾਰ ਮੂਵੀਜ਼ ਸੀਗੀਆਂ ਅਤੇ ਸਾਡੇ ਕੰਟੋਨਮੈਂਟਸ ਵਿੱਚ ਜਦੋਂ ਅਸੀਂ ਦੇਖਦੇ ਸੀ ਸਾਨੂੰ ਬੜਾ ਇੰਸਪੀਰੇਸ਼ਨ ਮਿਲਦਾ ਸੀ। ਮੈਂ ਕਿਹਾ ਜੀ ਮੈਂ ਤਾਂ ਫੌਜ ਜਾਣਾ ਹੈ। ਔਰ ਫਸਟ ਮੌਕਾ ਜਦੋਂ ਮੈਨੂੰ ਮਿਲਿਆ, ਮੈਂ NDA 'ਚ ਅਪੀਅਰ ਹੋ ਕੇ ਆਈ ਵਾਸ ਸਕਸੈਸਫੁਲ। ਅਤੇ ਤੁਸੀਂ ਜਿਹੜਾ ਨਾਂ ਰੱਖਿਆ, ਮੈਂ ਇਸ ਤੋਂ ਵੀ ਬੜਾ ਇੰਟਰੀਗ ਸੀ ਆ ਕਿ ਜੇ ਸਿੰਘ ਹਾਂਜੀ, ਤੇ ਮਤਲਬ ਕਿਉਂਕਿ ਕਈ ਵਾਰੀ ਨਿਕਨੇਮ ਵੀ ਬਣ ਜਾਂਦੇ ਨੇ ਹਾਂਜੀ, ਤੇ ਤੁਸੀਂ ਮਤਲਬ ਜੇ ਸਿੰਘ, ਇਹ ਇਨਸਪੀਰੇਸ਼ਨ ਕਿੱਥੋਂ ਮਿਲੀ? ਇਹ ਜੀ ਸਾਡੇ ਫਾਦਰ ਸਾਹਿਬ ਨੇ ਡਿਸਾਈਡ ਕੀਤਾ। ਪਹਿਲੀ ਗੱਲ ਤਾਂ ਅਸੀਂ ਸਾਰੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਰੇ ਮੇਰੇ ਸਿੰਘ ਹੈ ਜੀ, ਅਤੇ ਸਿੰਘ ਇਜ਼ ਆਵਰ ਸਰਨੇਮ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਬਈ ਮੇਰਾ ਨਾਂ ਜਸਵੰਤ ਹੈ, ਤੇਰਾ ਜੋਗਿੰਦਰ ਹੈ, ਤੂੰ ਦੋਨੋਂ ਜੋੜ ਦੇ ਅਤੇ ਮੇ ਵੀ ਤੈਨੂੰ ਹੋਰ ਸ਼ਕਤੀ ਮਿਲੇਗੀ। ਫਾਦਰ ਦਾ ਡਿਸੀਜਨ ਸੀਗਾ। ਮੈਂ ਕਿਹਾ ਜੀ ਮੈਂ ਬੜਾ ਖੁਸ਼ ਹਾਂ। ਇਨ ਬਰੀਫ ਨਾਓ ਜਨਰਲੀ ਲੋਕ ਮੈਨੂੰ ਕਹਿੰਦੇ ਨੇ ਜਨਰਲ ਜੇ ਜੀ। ਹਾਂਜੀ, ਅੱਛਾ। ਉਸ ਤੋਂ ਬਾਅਦ ਆਪਾਂ ਲੈਂਦੇ ਹਾਂ ਵੀ ਜਦੋਂ ਤੁਸੀਂ ਐਗਜ਼ਾਮ ਪਾਸ ਕਰਕੇ ਤੁਸੀਂ ਉਸ ਲਾਈਨ ਦੇ ਉੱਤੇ ਤੁਰ ਪਏ, ਹਾਂਜੀ, ਅਤੇ ਉਹਦੇ ਵਿੱਚ ਕਿਉਂਕਿ ਆਰਮੀ ਦੇ ਵਿੱਚ ਹੁੰਦਾ ਵੀ ਹਰ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਫੋਲੋ ਕਰਨਾ ਜਾਂ ਇਸ ਚੀਜ਼ ਬਣਨਾ ਹੈ, ਡਿਫੀਕਲਟੀਜ਼ ਤਾਂ ਆਉਂਦੀਆਂ ਹੀ ਨੇ। ਬਿਲਕੁਲ ਜੀ, ਆਰਮੀ ਦੀ ਲਾਈਫ ਬੜੀ ਆਈ ਵੁੱਡ ਸੇ ਰੋਮਾਂਚਕ ਹੈਗੀ ਔਰ ਚੈਲੇਂਜਿੰਗ ਵੀ ਹੈਗੀ। ਦੇਖੋ ਬਹੁਤ ਕੁਛ ਇੰਟਰਸਟਿੰਗ ਸਿਚੁਏਸ਼ਨਸ ਆਉਂਦੀਆਂ ਲਾਈਫ ਵਿੱਚ, ਔਰ ਮੈਨੂੰ ਇਹ ਲੱਗਦਾ ਕਿ ਮੇਰੀ ਲਾਈਫ ਇੱਕ ਡਰੀਮ ਸੀਗੀ, ਸਪਨਾ ਸੀਗਾ, ਕਿਉਂਕਿ ਮੈਂ ਜਿੱਥੇ ਵੀ ਕਦਮ ਅੱਗੇ ਕੀਤਾ ਮੈਂ ਕਾਮਯਾਬੀ ਮੈਨੂੰ ਮਿਲੀ। ਅਤੇ ਮੈਨੂੰ ਦਾਦਾ ਜੀ ਦੇ ਲਫ਼ਜ਼ ਯਾਦ ਨੇ, ਉਹ ਇੱਕ ਸਿਪਾਹੀ ਸੀ ਪਰ ਬਹੁਤ ਗਿਆਨੀ ਸੀ, ਉਹ ਕਹਿੰਦੇ ਬੇਟਾ ਜੇ ਤੁਹਾਡਾ ਰਸਤਾ ਨੇਕ ਹੈ, ਇਫ ਯੂਰ ਕੋਜ਼ ਇਜ਼ ਜਸਟ ਐਂਡ ਪਾਥ ਇਜ਼ ਰਾਈਟੀਅਸ, ਫਿਰ ਤੁਹਾਨੂੰ ਕਾਮਯਾਬੀ ਹਮੇਸ਼ਾ ਮਿਲੇਗੀ। ਅੱਛਾ ਜੀ, ਜਦੋਂ ਤੁਸੀਂ ਫਿਰ ਆਰਮੀ ਦੇ ਵਿੱਚ ਚਲੇ ਗਏ ਹੋ, ਕਿਉਂਕਿ ਜਦੋਂ ਮੈਂ ਓਪਨਿੰਗ ਦੇ ਵਿੱਚ ਵੀ ਕਹੀ ਗੱਲ ਨਾ ਵੀ ਹਾਈਐਸਟ ਰੈਂਕਿੰਗ ਆਫਿਸਰ ਜਨਰਲ ਹੋ ਤੁਸੀਂ, ਅਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੀ ਸਟੇਜ ਬਾਈ ਸਟੇਜ
ਇਹ ਮਤਲਬ ਕਿਸ ਤਰ੍ਹਾਂ ਤੁਸੀਂ ਸਟੈਪ ਬਾਈ ਸਟੈਪ ਕਿੱਦਾਂ ਜਾਂਦੇ ਹੋ? ਮੈਂ ਇਸ ਚੀਜ਼ 'ਤੇ ਬੜਾ ਮਾਣ ਲੈਂਦਾ ਕਿ ਮੈਂ ਆਪਣੀ ਆਪ ਬੀਤੀ ਆਟੋਬਾਇਓਗ੍ਰਾਫੀ ਲਿਖੀ। ਮੈਂ ਕਿਹਾ ਬਿਫੋਰ ਆਈ ਫੋਰਗੈਟ ਮੈਨੀ ਥਿੰਗਸ ਆਫ ਲਾਈਫ ਲੈਟ ਮੀ ਰਾਈਟ। ਮੇਰੀ ਆਟੋਬਾਇਓਗ੍ਰਾਫੀ ਇੰਗਲਿਸ਼ ਵਿੱਚ ਛਪੀ, ਅ ਸੋਲਜਰਸ ਜਨਰਲ, ਔਰ ਫਿਰ ਉਹ ਪੰਜਾਬੀ 'ਚ ਵੀ ਟਰਾਂਸਲੇਟ ਹੋਈ। ਪੰਜਾਬੀ ਵਰਸ਼ਨ ਦਾ ਨਾਂ ਹੈ ਸਿਪਾਹੀਆਂ ਦਾ ਜਰਨੈਲ। ਹਿੰਦੀ ਵਿੱਚ ਵੀ ਹੋਈ, ਬੰਗਾਲੀ ਵਿੱਚ ਵੀ ਹੋਈ, ਹੁਣ ਫ੍ਰੈਂਚ ਟਰਾਂਸਲੇਸ਼ਨ ਵੀ ਹੋ ਰਹੀ ਹੈ। ਉਹਦੇ 'ਚ ਮੈਂ ਸਭ ਕੁਛ ਆਪਣੇ ਐਕਸਪੀਰੀਅੰਸ ਦੱਸੇ ਨੇ, ਕਿਉਂਕਿ ਲਾਈਫ ਬੜੀ ਇੰਟਰਸਟਿੰਗ ਹੋਈ। ਔਰ ਮੈਂ ਇਹੀ ਕਹਿੰਦਾ ਕਿ ਬੜੀ ਚੁਣੌਤੀਆਂ ਮਿਲੀਆਂ, ਔਰ ਉਹਨ ਚੁਣੌਤੀਆਂ ਦੇ ਨਾਲ ਮੈਂ ਹੋਰ ਮਜ਼ਬੂਤ ਬਣ ਗਿਆ। ਬਹੁਤ ਤੂਫਾਨ ਝੇਲੇ ਨੇ ਮੇਰੇ ਚਿਹਰੇ ਤੋਂ, ਸ਼ਾਇਦ ਨਾ ਲੱਗਦਾ ਹੋਏ ਕਿ ਇਹ ਬੰਦਾ ਇੰਨੇ ਰਗੜੇ ਖਾ ਕੇ ਫਿਰ ਵੀ ਇਸ ਤਰ੍ਹਾਂ ਲੱਗਦਾ ਪਿਆ, ਪਰ ਉਹ ਗੁਰੂਆਂ ਦੀ ਦੇਣ ਹੈ ਸਾਨੂੰ। ਸਾਡੇ ਸਿੱਖਾਂ ਦੇ ਵਿੱਚ ਇੱਕ ਸਾਡੇ DNA ਵਿੱਚ ਹੈ ਕਿ ਬਈ ਨੈਵਰ ਗਿਵ ਅਪ, ਹਾਂ, ਨਿਸ਼ਚੈ ਕਰ ਆਪਣੀ ਜੀਤ ਕਰੋ, ਡਿਟਰਮਿਨ ਹੋ ਕੇ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਨੇਕ ਕੰਮ ਕਰ ਰਹੇ ਹੋ, ਤੁਸੀਂ ਮਿਹਨਤ ਕਰ ਰਹੇ ਹੋ, ਫਿਰ ਸਕਸੈਸ ਮਿਲਣੀ ਚਾਹੀਦੀ। ਅਤੇ ਰੱਬ ਮੇਰਾ ਰੱਬ ਬਹੁਤ ਮਿਹਰਬਾਨ ਸੀ, ਮੈਨੂੰ ਕਾਮਯਾਬੀ ਮਿਲੀ। ਜੀ ਮੈਂ ਤੁਸੀਂ ਬੜੀ ਗੱਲ ਕਹੀ ਹੈ। ਮੈਂ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਡਿਕਸ਼ਨਰੀ 'ਚ, ਹਾਂਜੀ, ਆਪਣੇ ਕੋਸ਼ ਦੇ ਵਿੱਚ ਹਾਰ ਦਾ ਲਫ਼ਜ਼ ਹੀ ਕੱਢ ਦਿੱਤਾ। ਬਿਲਕੁਲ ਰਣਜੀਤ ਕੇ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜਦੋਂ ਤੁਸੀਂ ਇਸ ਪਾਸੇ ਤੁਰਦੇ ਹੋ, ਜਿੱਦਾਂ ਮੈਂ ਕਿਹਾ ਵੀ ਡਿਫੀਕਲਟੀਜ਼ ਵੀ ਆਉਂਦੀਆਂ, ਕੀ ਹੈਗਾ ਅਤੇ, ਪਰ ਇੱਕ ਸਵਾਲ ਬੜਾ ਆਉਂਦਾ ਹੈ ਕਿ ਜਦੋਂ ਤੁਸੀਂ ਆਪਣੀ ਓਸ ਚੱਕਦੇ ਹੋ, ਹਾਂਜੀ, ਵੀ ਮੈਂ ਆਪਣੇ ਮੁਲਕ ਦਾ ਕੌਨਸਟੀਟਿਊਸ਼ਨ ਡਿਫੈਂਡ ਕਰਾਂਗਾ, ਮੈਂ ਆਪਣੀ ਆਰਮੀ ਡਿਫੈਂਡ ਕਰਾਂਗਾ, ਆਪਣੀ, ਜੇ ਕਿਸੇ ਤੁਹਾਡੇ ਉਹ ਰਿਲੀਜੀਅਸ ਦੀ ਗੱਲ ਇਹੋ ਜਿਹੀ ਆਏ ਤਾਂ ਹਾਊ ਵੁੱਡ ਯੂ ਚੂਜ਼ ਰਿਲੀਜੀਅਸ, ਤੁਹਾਡਾ ਪੁਆਇੰਟ ਪਹਿਲਾਂ ਆ ਜਾਏਗਾ ਜਾਂ ਤੁਹਾਡਾ ਮਤਲਬ ਆਰਮੀ ਦਾ ਪੁਆਇੰਟ ਪਹਿਲਾਂ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਮੇਰੇ ਸੋਚ ਵਿੱਚ, ਮੇਰੇ ਥਿੰਕਿੰਗ ਦੇ ਵਿੱਚ ਇਹ ਸਪਿਰਿਚੁਅਲ ਜਿਹੜੀ ਚੀਜ਼ ਸੀ ਨਾ, ਉਹ ਵਾਰੀਅਰ ਦੀ ਸੀ, ਉਹ ਸਾਡੇ ਗੁਰੂਆਂ ਦੀ ਕੁਰਬਾਨੀਆਂ ਦੇ ਨਾਲ ਤਾਕਤ ਆਈ। ਤਾਂ ਉਹ ਮੇਰੇ, ਤੁਸੀਂ ਮੰਨ ਨਹੀਂ ਸਕਦੇ, ਮੈਂ ਸੋਚਦਾ ਸੀ ਮੈਂ ਪਿਛਲੇ ਜਨਮ ਸ਼ਾਇਦ ਵਾਰੀਅਰ ਸੀਗਾ। ਔਰ ਸਿੱਖ ਵਾਰੀਅਰ ਪਤਾ ਕੀ ਕਰਦੇ ਸੀਗੇ, ਜਿਹੜੇ ਅਫਗਾਨ ਲੁੱਟ ਮਾਰ ਕਰਕੇ ਇੰਡੀਆ ਤੋਂ ਲੁੱਟ ਲੈ ਜਾਂਦੇ ਸੀ, ਲੋਕਾਂ ਨੂੰ ਫੜ ਕੇ ਲੈ ਜਾਂਦੇ ਸੀ, ਜਨਾਨੀਆਂ ਲੈ ਜਾਂਦੇ ਸੀ, ਬੱਚੀਆਂ ਲੈ ਜਾਂਦੇ ਸੀ, ਉਹਨਾਂ ਨੂੰ ਜਾ ਕੇ ਵੇਚਦੇ ਸੀ ਪਿਸ਼ਾਵਰ, ਕਾਬੁਲ, ਕੰਧਾਰ, ਅਤੇ ਉਹਨਾਂ ਨੂੰ ਅਟੈਕ ਕਰਦੇ ਸੀਗੇ ਸਿੱਖ ਵਾਰੀਅਰ, ਬੈਂਡ ਆਫ ਵਾਰੀਅਰਸ, ਗਰੁੱਪ ਬਣ ਕੇ, ਚਲੋ ਬਈ ਇਹਨਾਂ ਦੇ ਅਟੈਕ ਕਰੋ ਕੈਂਪ ਨੂੰ ਰਾਤ ਵਿੱਚ, ਔਰ ਇਹਨਾਂ ਨੂੰ ਰਿਲੀਜ਼ ਕਰਾਓ, ਬਚਾਓ। ਔਰ ਜਿਹੜੇ ਬਚ ਜਾਂਦੇ ਸੀਗੇ ਉਹਨਾਂ ਨੂੰ ਕਹਿੰਦੇ ਸੀ ਫਿਰ ਤੁਸੀਂ ਆਪਣੇ ਆਪਣੇ ਘਰ, ਤੁਹਾਨੂੰ ਅਸੀਂ ਲੈ ਜਾਵਾਂਗੇ, ਅਸੀਂ ਤੁਹਾਡੀ ਰਾਖੀ ਕਰਾਂਗੇ। ਅਤੇ ਕਹਿਣ ਦਾ ਮਤਲਬ ਇਹ, ਉਹ ਜਜ਼ਬਾ ਮੇਰੇ ਮਨ ਵਿੱਚ ਸੀ, ਪਤਾ ਨਹੀਂ ਮੈਂ ਸੀਗਾ ਕਿ ਨਹੀਂ, ਪਰ ਮੈਨੂੰ ਲੱਗਦਾ ਸੀ ਮੈਂ ਪਿਛਲੇ ਜਨਮ 'ਚ ਇਹੋ ਜਿਹਾ ਵਾਰੀਅਰ ਸੀਗਾ, ਸਿੱਖ ਵਾਰੀਅਰ। ਅਤੇ ਵਾਰੀਅਰ ਜਿਹਦਾ ਮੁੱਦਾ ਇਹ ਸੀਗਾ, ਅ ਵਾਰੀਅਰ ਐਂਡ ਅ ਵਿਨਰ, ਮਤਲਬ ਹਾਰਨ ਵਾਲਾ ਵਾਰੀਅਰ ਤਾਂ ਨਹੀਂ ਮੈਂ ਬਣਨਾ ਚਾਹੁੰਦਾ ਸੀ, ਆਈ ਵਾਂਟਡ ਟੂ ਵਿਨ। ਮੈਂ ਆਪਣੇ ਸੋਲਜਰ ਨੂੰ ਵੀ ਕਹਿੰਦਾ ਸੀ, ਬੇਟਾ ਦੇਖੋ ਸਾਡੀ ਟੀਮ ਇੰਨੀ ਤਗੜੀ ਹੋਣੀ ਚਾਹੀਦੀ ਕਿ ਸਾਡੀ ਵਿਕਟਰੀ ਜਿਹੜੀ ਹੈ ਇਨਿੰਗਸ ਡਿਫੀਟ ਵਾਕਨ ਹੋਣੀ ਚਾਹੀਦੀ। ਮੈਂ ਬੋਕਸਰ ਨੂੰ ਕਹਿੰਦਾ ਸੀ, ਮੈਂ ਜਵਾਨਾਂ ਨੂੰ ਕਹਿੰਦਾ, ਦੇਖੋ ਬਈ ਸਾਡਾ ਬੋਕਸਰ ਇਹ ਚੈਂਪੀਅਨ ਹੈਗਾ, ਤੁਸੀਂ ਇਹਨੂੰ ਕਿਸ ਤਰ੍ਹਾਂ ਜਿੱਤਣਾ ਚਾਹੁੰਦੇ ਹੋ, ਮਤਲਬ ਇਹ ਜਿੱਤਣਾ ਦੇਖਣਾ ਚਾਹੁੰਦੇ ਹੋ ਕਿ ਪੁਆਇੰਟਸ 'ਤੇ ਜਿੱਤੇ ਜਾਂ ਨੌਕਆਊਟ 'ਤੇ? ਮੈਂ ਕਿਹਾ ਜਿਹੜੇ ਪੁਆਇੰਟਸ ਵਾਲੇ ਹੱਥ ਖੜਾ ਕਰੋ, ਕੋਈ ਨਾ ਕਰੇ, ਨੌਕਆਊਟ ਸਾਰੇ ਕਰਨ। ਅਤੇ ਕਹਿਣ ਦਾ ਮਤਲਬ ਇਹ ਕਿ ਵਿਨਿੰਗ ਵਿਦ ਐਮਫੈਟਿਕ ਵਿਕਟਰੀ, ਠੀਕ ਹੈ ਜੀ, ਉਹਦੇ ਡਾਊਟ ਨਹੀਂ ਹੋਣਾ ਚਾਹੀਦਾ। ਤਾਂ ਐਗਜੈਕਟਲੀ ਉਸ ਤਰ੍ਹਾਂ ਉਹ ਮੇਰਾ ਨਾਂ ਹੀ ਪਾ ਦਿੱਤਾ ਜੀ ਰੌਕੀ ਪੰਚ, ਕਿਉਂਕਿ ਮੇਰਾ ਪੰਚ ਨੌਕਆਊਟ ਹੁੰਦਾ ਸੀ ਅਤੇ ਮੇਰੇ ਕਹਿੰਦੇ ਜੀ ਤੁਸੀਂ ਮੁਕਾਬਲੇ ਨੂੰ ਪਿੱਛੇ ਛੱਡ ਜਾਂਦੇ ਹੋ। ਮੈਂ ਕਿਹਾ ਬਈ ਦੇਖੋ ਅਸੀਂ ਸਵੇਰੇ 5 ਵਜੇ ਉੱਠ ਕੇ ਮਿਹਨਤ ਕਰਦੇ ਹਾਂ, ਤੁਸੀਂ 7 ਵਜੇ ਕਰਦੇ ਹੋ, 2 ਘੰਟੇ ਦੀ ਲੀਡ ਤਾਂ ਅਸੀਂ ਲਈਏ। ਔਰ ਮੈਂ ਹਮੇਸ਼ਾ ਇਹੀ ਕਿਹਾ, ਐਵਰੀ ਸਟੈਪ ਵਾਜ਼ ਅ ਕੰਪੀਟੀਸ਼ਨ, ਆਊਟ ਆਫ 3 ਕਰਨਲਸ ਓਨਲੀ 1 ਵੁੱਡ ਮੇਕ ਅ ਬ੍ਰਿਗੇਡੀਅਰ, ਅਤੇ ਆਪਾਂ ਬਣ ਗਏ। ਆਊਟ ਆਫ 3 ਬ੍ਰਿਗੇਡੀਅਰ ਓਨਲੀ 1 ਵਿਲ ਮੇਕ ਅ ਮੇਜਰ ਜਨਰਲ, ਇੰਨੀ ਸਟੀਪ ਪਿਰਾਮਿਡ ਹੈਗੀ। ਅਤੇ ਉਹਦੇ 'ਚ ਇਸ ਤਰ੍ਹਾਂ ਤਾਂ ਬਣ ਨਹੀਂ ਸਕਦੇ, ਤੁਸੀਂ ਆਪਣੀ ਕਾਬਲੀਅਤ 'ਤੇ ਬਣ ਸਕਦੇ ਹੋ, ਆਪਣੇ ਅਚੀਵਮੈਂਟਸ ਦੇ ਨਾਲ ਬਣ ਸਕਦੇ ਹੋ। ਅਤੇ ਮੈਂ ਹਮੇਸ਼ਾ ਆਈ ਵਾਜ਼ ਐਨ ਅਚੀਵਰ, ਆਈ ਟਰਾਈ ਟੂ ਬੀ ਐਨ ਅਚੀਵਰ, ਆਈ ਟਰਾਈ ਟੂ ਪ੍ਰੋਡਿਊਸ ਗ੍ਰੇਟ ਰਿਜ਼ਲਟਸ, ਆਊਟਸਟੈਂਡਿੰਗ ਰਿਜ਼ਲਟਸ। ਸੋ ਮੈਂ ਕਿਹਾ ਜੀ ਜਿਸ ਦਿਨ ਤੁਸੀਂ ਮੈਨੂੰ ਕਹੋ ਕਿ ਮੈਂ ਠੀਕ ਨਹੀਂ, ਇਹ ਠੀਕ ਹੈ, ਮੇਰੇ ਪਿੱਛੇ ਵਾਲਾ ਠੀਕ ਹੈ, ਮੈਂ ਕਹਾਂਗਾ ਜੀ ਥੈਂਕ ਯੂ ਵੈਰੀ ਮੱਚ, ਮੈਂ ਬਹੁਤ ਇੰਜੋਏ ਕੀਤਾ, ਬਹੁਤ ਸੈਟਿਸਫੈਕਸ਼ਨ ਮਿਲੀ ਹੈ, ਆਈ ਵਿਲ ਗ੍ਰੇਸਫੁਲੀ ਐਗਜ਼ਿਟ। ਉੱਪਰ ਮੈਨੂੰ ਉੱਤੇ ਚੁੱਕਦੇ ਗਏ। ਇਹ ਲਾਈਫ ਦਾ ਹੈਗਾ ਜੀ, ਬੜੇ ਚੈਲੇਂਜਸ ਆਏ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਸ਼ਮੀਰ ਦੇ ਵਿੱਚ ਮੈਂ ਬ੍ਰਿਗੇਡੀਅਰ ਸੀਗਾ, ਹਰ ਆਪਰੇਸ਼ਨ 'ਚ ਮੈਂ ਚਲੇ ਜਾਂਦਾ ਸੀ। ਮੇਰੇ CO ਕਹਿੰਦੇ ਸਰ ਆਪ ਹੈੱਡਕੁਆਟਰ ਮੇਂ ਰਹੋ, ਆਪ ਆਗੇ ਕਿਉਂ? ਮੈਨੇ ਕਿਹਾ ਜੀ ਤੁਸੀਂ ਗੋਲੀਆਂ ਝੇਲ ਰਹੇ ਹੋ ਤਾਂ ਮੈਂ ਵੀ ਆ ਜਾਵਾਂਗਾ,
ਤੁਹਾਨੂੰ ਸਲਾਹ ਦੇ ਦੇਵਾਂਗਾ, ਇੰਟਰਫੇਅਰ ਨਹੀਂ ਕਰਾਂਗਾ। ਮੈਨੂੰ ਗੋਲੀ ਇੱਕ ਵਾਰੀ ਲੱਗੀ ਔਰ ਬਚ ਗਿਆ, ਦੂਜੀ ਵਾਰੀ ਕੀਤਾ ਅਟੈਕ ਫਿਰ ਬਚ ਗਿਆ, ਤਿੰਨ ਵਾਰੀ ਮੇਰੇ ਉੱਤੇ ਅਟੈਂਪਟ ਕੀਤੇ ਉਹਨਾਂ ਨੇ, ਬਟ ਰੱਬ ਨੇ ਬਚਾਇਆ, ਬਸ ਹੋਰ ਕੁਛ ਨਹੀਂ। ਅਤੇ ਤੁਸੀਂ ਜਦੋਂ ਦੇਖਦੇ ਵੀ ਕਾਰਗਿਲ ਦੀ ਵਾਰ ਦੇ ਵਿੱਚ ਵੀ ਤੁਸੀਂ ਅੱਗੇ ਰਹੇ ਅਤੇ ਬਾਕੀ ਤੁਸੀਂ, ਮੈਂ ਹੈਰਾਨ ਹੈ ਕਿ ਜਿਹੜੀਆਂ ਜਿਹਦੀ ਮੈਂ ਤੁਹਾਡੀ ਇਹ ਥੋੜ੍ਹੀ ਹੈ ਕਿ ਉਹ ਬਾਇਓਗ੍ਰਾਫੀ ਤਾਂ ਜ਼ਰੂਰ ਪੜੋਗੇ, ਹਾਂਜੀ, ਅਤੇ ਬਾਕੀ ਹੈ ਜਿਹੜੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਮੈਨੂੰ ਕੁਇਕਲੀ ਮਿਲੀ ਹੈਗੀ ਉਹਦੇ 'ਚ, ਕਿਉਂਕਿ ਮੈਂ ਜਿਸ ਦਿਨ ਮੈਨੂੰ ਪਤਾ ਲੱਗਾ ਸੀ ਤੁਹਾਡੀ, ਮੈਂ ਪਿਕਚਰ ਜਿਹੜੀ ਆਰਮੀ ਸਾਰੀ ਓਲ ਦੀ ਡੈਕੋਰੇਟਿੰਗ ਉਹ ਦੇਖੀ ਸੀਗੀ ਫੋਟੋ, ਅੱਜ ਤਾਂ ਤੁਸੀਂ ਸਿਵਿਲੀ ਮਿਲੇ ਮੈਂ ਉਹ, ਮੈਂ ਫੋਟੋ ਦੇਖ ਕੇ ਮੈਂ ਆਈ ਵਾਜ਼ ਵੈਰੀ ਇੰਸਪਾਇਰਡ, ਅਤੇ ਮੈਂ ਜ਼ਰੂਰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ, ਅਤੇ ਖੈਰ ਚਲੋ ਵਾਹਿਗੁਰੂ ਨੇ ਅੱਜ ਸਮਾਂ ਵੀ ਪੂਰਾ ਕਰ ਦਿੱਤਾ। ਪਰ ਜਦੋਂ ਇਹ ਚੀਜ਼ਾਂ ਨੂੰ ਦੇਖਦੇ ਹਾਂ ਅਸੀਂ ਸਟੈਪ ਬਾਏ ਸਟੈਪ ਚੱਲਦੇ ਹੈਗੇ ਹਾਂ, ਅਤੇ ਇਹਦੇ ਵਿੱਚ ਤੁਹਾਡੀਆਂ ਅਚੀਵਮੈਂਟਸ ਦੇ ਨਾਲ ਤੁਹਾਨੂੰ ਉਹਨਾਂ ਨੇ ਆਨਰ ਵੀ ਤਾਂ ਕੀਤਾ ਹੋਏਗਾ ਨਾ, ਕਿ ਕਈਆਂ ਚੀਜ਼ਾਂ ਦੇ ਨਾਲ, ਕਿਉਂਕਿ ਜਿੱਦਾਂ ਹੁੰਦਾ ਸਿਵਿਲੀਅਨ ਜਿਹੜੇ ਹੈਗੇ ਨੇ ਇੱਥੇ ਇੰਗਲੈਂਡ ਦੇ ਵਿੱਚ, ਅਤੇ ਐੱਮ ਬੀ ਈ ਓ ਬੀ ਈ ਸਰ, ਅਤੇ ਇਸ ਤਰ੍ਹਾਂ ਇੰਡੀਆ ਦੇ ਵਿੱਚ ਆਪਣੇ ਪਦਮ ਸ਼੍ਰੀ, ਪਦਮ ਭੂਸ਼ਣ ਜਾਂ ਮਤਲਬ ਅਸ਼ੋਕ ਚੱਕਰ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਅਤੇ ਆਰਮੀ ਦੇ ਮੈਡਲ ਜਿਹੜੇ ਮਿਲਦੇ ਹੈਗੇ, ਅਤੇ ਸੋ ਕੈਨ ਯੂ ਟੇਕ ਮੀ ਥਰੂ ਦੈਟ? ਵੈਲ, ਆਈ ਵਾਜ਼ ਵੈਰੀ ਫਾਰਚੂਨੇਟ ਕਿ ਮੇਰੇ ਸੁਪੀਰੀਅਰਸ ਨੇ ਮੈਨੂੰ ਰੈਕਮੈਂਡ ਕੀਤਾ, ਹਰ ਲੈਵਲ 'ਤੇ ਮੈਨੂੰ ਲੀਡਰਸ਼ਿਪ ਦੇ ਵਾਸਤੇ ਡਿਸਟਿੰਗੁਇਸ਼ ਸਰਵਿਸ ਅਵਾਰਡ ਮਿਲਿਆ ਹੈਗਾ, ਔਰ ਮੈਨੂੰ ਫਾਈਨਲੀ ਪਰਮ ਵਿਸ਼ਿਸ਼ ਸੇਵਾ ਮੈਡਲ ਮਿਲਿਆ, ਉਹ ਤੋਂ ਪਹਿਲੇ ਅਤਿ ਵਿਸ਼ਿਸ਼ ਸੇਵਾ ਮੈਡਲ ਮਿਲਿਆ। ਇਹ ਮਿਲਟਰੀ ਡੈਕੋਰੇਸ਼ਨ ਸੀਗੀਆਂ, ਪ੍ਰੈਜੀਡੈਂਟ ਦੇ ਤਰਫੋਂ ਮਿਲਦੀਆਂ ਨੇ, ਔਰ ਮੇਰੀ ਕਿਸਮਤ 'ਚ ਲਿਖਿਆ ਸੀ, ਹੁਣ 3 ਮਹੀਨੇ ਪਹਿਲੇ ਮੈਨੂੰ ਫਰਾਂਸ ਦੀ ਗਵਰਨਮੈਂਟ ਤੋਂ, ਦ ਫਰੈਂਚ ਪ੍ਰੈਜੀਡੈਂਟ ਹੈਜ਼ ਗਿਵਨ ਮੀ ਅਵਾਰਡ ਕੋਲਡ ਲੀਜਨ ਦੇ ਓਨਰ, ਉਹ ਜੀ ਸਿਰਫ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਮਤਲਬ ਉਹਨਾਂ ਦੇ ਹਿਸਾਬ ਨਾਲ ਮੈਰੀਟੋਰੀਅਸ ਹੁੰਦੇ ਨੇ, ਅਤੇ ਉਹਦੀ ਸਾਈਟੇਸ਼ਨ 'ਚ ਲਿਖਿਆ ਹੈ ਕਿ ਆਊਟਸਟੈਂਡਿੰਗ ਲੀਡਰਸ਼ਿਪ ਆਫ ਦੀ ਇੰਡੀਅਨ ਆਰਮ ਫੋਰਸਿਸ, ਮਾਡਰਨਾਈਜੇਸ਼ਨ ਆਫ ਦੀ ਇੰਡੀਅਨ ਆਰਮ ਫੋਰਸਿਸ, ਐਂਡ ਫੋਰ ਅਪਲਿਫਟਿੰਗ ਦੀ ਲੈਵਲ ਆਫ ਕੋਆਪਰੇਸ਼ਨ ਬਿਟਵੀਨ ਇੰਡੀਆ ਐਂਡ ਫਰਾਂਸ ਮਿਲਟਰੀ ਇਨ ਮਿਲਟਰੀ ਫੀਲਡ, ਉਹਦੇ ਵਾਸਤੇ ਦਿੱਤਾ ਮੈਨੂੰ ਇਹ ਮੈਡਲ। ਔਰ ਹਿੰਦੁਸਤਾਨ 'ਚ ਮੇਰੇ ਖਿਆਲ ਸਾਡੇ ਆਜ਼ਾਦੀ ਤੋਂ ਬਾਅਦ ਔਰ ਪਹਿਲੇ ਵੀ 26-27 ਲੋਕਾਂ ਨੂੰ ਮਿਲੇ ਇਹ ਡੈਕੋਰੇਸ਼ਨ ਲੀਜਨ ਦੇ ਓਨਰ, ਉਹ ਵੀ ਮੇਰੇ ਕਿਸਮਤ 'ਚ ਆਇਆ। ਅਤੇ ਜਦੋਂ ਜੇ ਜੀ ਅਸੀਂ ਓਵਰਆਲ ਸਿੱਖੀ ਦੀ ਗੱਲ ਕਰਦੇ ਹਾਂ, ਜੀ ਆਰਮੀ ਦੇ ਵਿੱਚ ਜਾਂ ਆਊਟਸਾਈਡ ਸਿੱਖੀ ਦੀ ਗੱਲ ਕਰਦੇ ਹਾਂ, ਇਹੋ ਜਿਹੀਆਂ ਕਿਸੇ ਤਰ੍ਹਾਂ ਦੀ ਗੱਲ ਕਰਦੇ, ਪਰ ਜਦੋਂ ਇਹ ਸਵਾਲ ਤਾਂ ਕੌਂਟਰੋਵਰਸ਼ਲ ਹੈ ਕਿ ਪਿਛਲੀ ਜਿਹੜੀ 26 ਜਨਵਰੀ ਗਈ ਹੈ, ਅਤੇ ਵਾਈ ਵਾਜ਼ ਦੀ ਆਰਮੀ ਉੱਥੇ 26 ਜਨਵਰੀ ਜਦੋਂ ਦਿਖਾਉਂਦੇ ਹੈਗੇ ਆ, ਅਤੇ ਆਈਵ ਹਰਡ ਔਰ ਸੋਰਸ ਆਫ ਸਟੋਰੀਜ਼, ਮੈਂ ਮਤਲਬ ਆਈ ਜਸਟ ਵਾਂਟ ਟੂ ਨੋ ਯੂਰ ਵਿਊ ਵੀ ਇਹ ਕਿਉਂ ਨਹੀਂ ਐਸ ਕਿ ਪਹਿਲੀ ਵਾਰੀ ਜਦੋਂ ਪਰੇਡ ਕੀਤੀ ਗਈ ਹੈ ਉੱਥੇ ਸਿੱਖ ਜਿਹੜੇ ਯੂਨਿਟ ਸੀਗੇ ਉਹਨੇ ਦਿਖਾਏ ਗਏ? ਇਸ ਤਰ੍ਹਾਂ ਹੈ ਜੀ, ਮੈਨੂੰ ਤਾਂ ਯਕੀਨ ਹੈ ਅਤੇ ਸਾਡੇ ਦੇਸ਼ ਵਿੱਚ ਕੋਈ ਐਸੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਜੀ, ਅਤੇ ਉਹ ਵਾਰੀ ਵਾਰੀ ਟਰਨ ਬਾਏ ਟਰਨ ਰੈਜੀਮੈਂਟ ਦੀ ਵਾਰੀ ਆਉਂਦੀ ਹੈ ਰਿਪਬਲਿਕ ਡੇ ਪਰੇਡ ਵਿੱਚ ਹਿੱਸਾ ਲੈਣ ਵਾਸਤੇ, ਅਤੇ ਇਸ ਵਾਰੀ ਹੋ ਗਿਆ ਕੋਇੰਸੀਡੈਂਸ ਕਿ ਕੋਈ ਨਾ ਸਿੱਖ ਨਾ ਸਿੱਖ ਲਾਈਟ ਇਨਫੈਂਟਰੀ ਦੀ ਵਾਰੀ ਆਈ ਹੈ, ਉਹ ਇਹ ਨਹੀਂ ਹੈਗਾ ਕਿ ਕੋਈ ਕਾਰਨ ਸੀਗਾ, ਇਟ ਵਾਜ਼ ਜਸਟ ਦੈਟ ਰੋਟੇਸ਼ਨ ਦਾ ਸਿਸਟਮ ਜਿਹੜਾ ਹੈਗਾ। ਇਸ ਵਾਰੀ ਮਰਾਠਾ, ਹੁਣ ਮਰਾਠਾ ਰੈਜੀਮੈਂਟ ਹਰ ਵਾਰੀ ਨਹੀਂ ਆਉਂਦੀ, 2-3 ਸਾਲਾਂ ਬਾਅਦ ਵਾਰੀ ਆਉਂਦੀ ਹੈ, ਅਤੇ ਇਹਦੇ ਇਹਨੂੰ ਗਲਤ ਤਰੀਕੇ ਨਾਲ ਨਾ ਦੇਖਿਆ ਜਾਏ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਬਾਕੀ ਹੋਰ ਰੈਜੀਮੈਂਟਸ ਦੇ ਵਿੱਚ, ਬਾਕੀ ਬੈਂਡ ਦੇ ਵਿੱਚ ਸਿੱਖ ਸੀਗੇ, ਅਤੇ ਕਹਿਣ ਦਾ ਇਹ ਹੀ ਮਤਲਬ ਹੈ ਕਿ ਇਹਦੇ 'ਚ ਨਾ ਇਹ ਕੋਈ ਇਸ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸੀਗੀ, ਇਹ ਟਰਨ ਓਵਰ ਰੋਟੇਸ਼ਨ ਹੁੰਦਾ ਇਸ ਕਰਕੇ। ਅੱਛਾ, ਕਿਉਂਕਿ ਇਹਦੀ ਮੈਂ ਤਾਂ ਸਵਾਲ ਪੁੱਛਿਆ ਕਿਉਂਕਿ ਇਹਦੇ 'ਚ ਬਹੁਤ ਵੱਖਰੀਆਂ ਵੱਖਰੀਆਂ ਪੇਪਰਾਂ ਦੇ ਵਿੱਚ ਗਲਤ ਫਹਿਮੀਆਂ ਨੇ, ਔਰ ਸਾਡੇ ਮੀਡੀਆ ਵਾਲੇ ਕਈ ਤਾਂ ਜ਼ਿਆਦਾ ਇਨਫੋਰਮ ਨਹੀਂ ਹੁੰਦੇ, ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕਿਸ ਤਰ੍ਹਾਂ ਯੂਨਿਟਾਂ ਸਿਲੈਕਟ ਕੀਤੀਆਂ ਜਾਂਦੀਆਂ ਇਸ ਰਿਪਬਲਿਕ ਡੇ ਪਰੇਡ ਵਾਸਤੇ, ਬਿਕੋਜ਼ ਪਰੇਡ ਨੂੰ ਛੋਟਾ ਵੀ ਕਰਨਾ ਚਾਹੁੰਦੇ ਨੇ, ਘੱਟ ਕਰਨਾ ਚਾਹੁੰਦੇ ਨੇ ਪਰੇਡ ਦੇ ਮਾਰਚਿੰਗ ਕੰਟੀਜੈਂਟਸ, ਪਹਿਲੇ ਲੰਬਾ ਹੋ ਜਾਂਦਾ ਸੀ, ਖਿੱਚ ਜਾਂਦਾ ਸੀ, ਅਤੇ ਉਹ ਛੋਟਾ ਕਰ ਰਿਹਾ, ਅਤੇ ਜਿਹੜੀਆਂ ਅਰੇਂਜਮੈਂਟ ਦੀ ਵਾਰੀਆਂ ਆਉਂਦੀਆਂ ਨੇ ਉਹਦੇ ਮੁਤਾਬਿਕ ਜਾਂਦੇ ਨੇ, ਭਾਵੇਂ ਰਿਪਬਲਿਕ ਡੇ ਪਰੇਡ ਹੋਏ, ਭਾਵੇਂ ਯੂਨਾਈਟਿਡ ਨੇਸ਼ਨ ਦੀ ਮਿਸ਼ਨਸ 'ਤੇ ਫੌਜਾਂ ਜਾਂਦੀਆਂ ਨੇ ਸਾਡੀਆਂ, ਉਹ ਰੋਟੇਸ਼ਨ ਸਿਸਟਮ ਹੈ ਉਹਦੇ ਮੁਤਾਬਿਕ ਚੱਲਦੀਆਂ। ਓਕੇ ਸਰ, ਜਦੋਂ ਤੁਸੀਂ ਆਰਮੀ 'ਚੋਂ ਰਿਟਾਇਰ ਹੋ ਗਏ ਹੋ ਅਤੇ ਯੂ ਆਰ ਅਪੋਇੰਟਡ ਗਵਰਨਰ, ਹਾਂਜੀ ਹਾਂਜੀ, ਅਤੇ ਉਹ ਜਿਹੜੀ ਤੁਹਾਡੀ ਗਵਰਨਰਸ਼ਿਪ ਸੀਗੀ ਉਹ ਮਤਲਬ ਕਿੰਨੀ ਦੇਰ ਅਤੇ ਕਿੱਥੇ ਸੀਗੀ, ਅਤੇ ਉਹ ਆਰ ਯੂ ਸਟਿਲ ਏ ਗਵਰਨਰ ਜਾਂ ਮਤਲਬ ਹੁਣ ਤੁਸੀਂ ਕੀ ਕਰ ਰਹੇ ਹੋ? ਐਕਚੁਲੀ ਸਰਦੂਲ ਜੀ, ਮੇਰਾ ਲਾਈਫ ਵਿੱਚ ਨਾ ਮੇਰੇ ਡਿਕਸ਼ਨਰੀ 'ਚ ਰਿਟਾਇਰਮੈਂਟ ਵਰਡ ਹੈ ਹੀ ਨਹੀਂ। ਅੱਛਾ ਜੀ।
ਤੇ ਇਸ ਕਰਕੇ ਜਦੋਂ ਮੈਨੂੰ ਮੀਡੀਆ ਨੇ ਵੀ ਪੁੱਛਿਆ ਹੁਣ ਕੀ ਕਰੋਗੇ ਜਨਰਲ ਸਾਹਿਬ ਰਿਟਾਇਰ ਹੋ ਗਏ, ਮੈਂ ਕਿਹਾ ਰਿਟਾਇਰਮੈਂਟ ਤਾਂ ਮੇਰੇ ਡਿਕਸ਼ਨਰੀ 'ਚ ਹੈ ਨਹੀਂ। ਕਹਿੰਦੇ ਫਿਰ ਹੋਏਗਾ ਕੀ? ਮੈਂ ਕਿਹਾ ਮੈਨੂੰ ਨਹੀਂ ਪਤਾ, ਪਰ ਜਿਸ ਤਰ੍ਹਾਂ ਸੈਕਿੰਡ ਇਨਿੰਗ ਹੁੰਦੀ ਹੈ ਕ੍ਰਿਕਟ ਵਿੱਚ, ਫੁੱਟਬਾਲ ਦਾ ਸੈਕਿੰਡ ਹਾਫ ਹੁੰਦਾ, ਹਾਕੀ ਦਾ ਸੈਕਿੰਡ ਹਾਫ ਹੁੰਦਾ, ਇਟ ਕੁਡ ਬੀ ਦੈਟ ਮਾਈ ਸੈਕਿੰਡ ਇਨਿੰਗ ਮੇ ਬੀ ਐਜ਼ ਇੰਟਰਸਟਿੰਗ ਇਫ ਨਾਟ ਮੋਰ ਇੰਟਰਸਟਿੰਗ। ਕਹਿੰਦੇ ਕੀ ਹੋਏਗਾ? ਹਾਂਜੀ, ਅਤੇ ਮੈਂ ਸੈਕਿੰਡ ਇਨਿੰਗ, ਮੈਨੂੰ ਦੇਖੋ ਜੀ ਲੋਕ ਇੱਧਰ ਦੌੜਦੇ ਨੇ ਉੱਧਰ ਦੌੜਦੇ ਨੇ, ਨਾ ਮੈਂ ਚੀਫ ਵਾਸਤੇ ਕਿਸੇ ਕੋਲ ਗਿਆ, ਨਾ ਕਦੀ ਮੈਂ ਕਿਸੇ ਨਾਲ ਰਿਕਮੈਂਡੇਸ਼ਨ ਕੀਤੀ। ਮੈਂ ਕਿਹਾ ਮੈਰਿਟ ਮੇਰੀ ਹੈ, ਏਜ ਮੇਰੇ ਫੇਵਰ ਵਿੱਚ ਹੈ, ਮੇਰਾ ਟਰਨ ਆ ਰਿਹਾ, ਕਿਉਂ ਰੋਕੇਗਾ ਕੋਈ? ਮੈਨੂੰ ਬਣਾਇਆ ਜੀ ਉਹਨਾਂ ਨੇ, ਫਿਰ ਕੋਈ ਵੀ ਗਵਰਨਮੈਂਟ ਹੁੰਦੀ ਮੈਨੂੰ, ਕਿਉਂਕਿ ਐਵਰੀਥਿੰਗ ਫੈਲ ਇਨ ਟੂ ਪਲੇਸ, ਓਕੇ, ਉਹ ਰੱਬ ਕਰਨ ਵਾਲਾ ਹੈ ਜੀ, ਅਤੇ ਇਫ ਇਟ ਫੈਲ ਇਨ ਟੂ ਪਲੇਸ ਫਿਰ ਉਹਨੇ ਕਿਹਾ ਜੀ ਇਹ ਬਣੇਗਾ ਵੀ। ਹਾਂਜੀ, ਮੇਰੀ ਮਦਰ ਨੇ 5 ਅਖੰਡ ਪਾਠ ਸੁੱਖੇ ਕਿ ਮੇਰਾ ਬੇਟਾ ਡਿਜ਼ਰਵਿੰਗ ਹੈਗਾ, ਸੀਨੀਅਰ ਹੈਗਾ, ਔਰ ਹੁਣ ਫਾਈਨਲ ਸਟੇਜ 'ਤੇ ਆ ਗਿਆ, ਇਹ ਬਣੇ ਅਤੇ ਮੈਂ 5 ਅਖੰਡ ਪਾਠ ਮੈਂ ਉਹਦੇ ਵਾਸਤੇ ਕਰਾਂਗੀ। ਉਹਨਾਂ ਨੇ ਕੀਤੇ, ਔਰ ਮੇਰੇ ਚੀਫ ਬਣਨ ਤੋਂ ਬਾਅਦ, ਸ਼ੀ ਵਾਜ਼ 80 ਪਲੱਸ, ਚੀਫ ਬਣਨ ਤੋਂ ਬਾਅਦ ਮੰਨੋਗੇ ਨਹੀਂ, ਆਪਣੇ ਫਰੈਂਡ ਨੂੰ ਕਿੱਡੀ ਪਾਰਟੀ, ਇਹ ਉਹ ਪੂਰੀ ਲਾਈਫ ਲੀਡ ਕਰਦੇ ਸੀ, ਬੜੇ ਪਾਇਸ ਸੀਗੀ ਉਹਨਾਂ ਨੇ ਜੀ, ਆਪਣੇ ਸਭ ਨੂੰ ਫਰੈਂਡ ਨੂੰ ਪਾਰਟੀ ਕੀਤੀ ਔਰ ਸਭ ਕੁਛ ਹੋਇਆ, ਔਰ 10 ਦਿਨਾਂ ਬਾਅਦ ਗੁਜ਼ਰ ਗਏ। ਮਤਲਬ ਉਹਨਾਂ ਨੇ ਰੱਬ ਨਾਲ ਕੋਈ ਡੀਲ ਕੀਤੀ ਕਿ ਵਾਹਿਗੁਰੂ ਮੇਰੇ ਬੇਟੇ ਨੂੰ ਇੱਥੇ ਪਹੁੰਚਾ ਦੇ ਅਤੇ ਫਿਰ ਮੈਂ ਸੋ ਇਟਸ ਸੋ ਟਚਿੰਗ, ਉਹਨਾਂ ਦੀ ਬਲੈਸਿੰਗ। ਉਹ ਸ਼ਾਇਦ ਹੁਣ ਉੱਤੋਂ ਦੇਖ ਰਹੇ ਹੋਣੇ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ, ਉਹਨਾਂ ਦੀ ਯਾਦ ਹੈ। ਬਟ ਅਸਲੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ, ਅਤੇ ਮੈਂ ਇਹੀ ਕਹਿੰਦਾ ਕਿ ਚੁਣੌਤੀਆਂ ਬੜੀਆਂ ਮੈਂ ਦੇਖੀਆਂ, ਔਰ ਜਦੋਂ ਮੈਂ ਕਮਿਸ਼ਨ ਹੋਇਆ ਸੀ ਤਾਂ ਮੈਂ ਇਹੀ ਆਪਣੇ ਮਨ 'ਚ ਠਾਣਿਆ ਕਿ ਬਈ ਦੇਖ ਮੈਂ ਇਸ ਯੂਨਿਟ ਦਾ CO ਬਣਾਂਗਾ, ਬਹੁਤ ਖੁਸ਼ ਹੋ ਜਾਊਂਗਾ। ਮੇਰੀ ਕਰਨਲ ਐਂਡ CO ਆਫ ਦਾ ਬਟਾਲੀਅਨ ਜਿਹਦੇ 'ਚ ਮੇਰੀ ਕਮਿਸ਼ਨ ਹੋਈ ਹੈ, ਜਾਂ ਰੈਜੀਮੈਂਟ ਜਿਹੜੀ ਹੁੰਦੀ ਹੈ ਉਹਦੇ 'ਚ CO ਬਣ ਜਾਵਾਂ, ਉਹੀ ਮੇਰਾ ਓਬਜੈਕਟਿਵ ਸੀਗਾ। ਉਹ ਤੋਂ ਅੱਗੇ ਮੈਰਿਟ ਦੇ ਮੁਤਾਬਿਕ ਮੈਨੂੰ ਉੱਤੇ ਪ੍ਰਮੋਟ ਕੀਤਾ ਗਿਆ, ਫਾਈਨਲੀ ਇਹ ਆਈ ਬਿਕੇਮ ਦਾ ਚੀਫ। ਸੋ ਆਈ ਡੋਂਟ ਸੇ ਕਿ ਮੈਂ ਕੋਈ, ਮਤਲਬ ਮੈਨੂੰ ਕੁਛ ਨਾਜਾਇਜ਼ ਚੀਜ਼ ਮਿਲੀ ਜਾਂ ਆਈ ਮੈਨੂਵਰਡ ਔਰ ਆਈ ਮੈਨੂਪੁਲੇਟ, ਨੋ। ਗੋਡ ਇਜ਼ ਕਾਇੰਡ, ਗੋਡ ਇਜ਼ ਦੇਅਰ, ਆਪਣੇ ਕੰਮ ਦੇ ਵਿੱਚ ਅਚੀਵਮੈਂਟ ਦੇ ਮੁਤਾਬਿਕ ਮੈਂ ਉੱਤੇ ਪਹੁੰਚਿਆ, ਅਤੇ ਨਾ ਚੀਫ ਵਾਸਤੇ ਮੈਂ ਕਦੀ ਕਿਸੇ ਦੇ ਕੋਲ ਗਿਆ ਲੋਬਿੰਗ ਕਰਨ ਵਾਸਤੇ। ਉਹ ਤੋਂ ਬਾਅਦ ਤਾਂ ਮੈਂ ਰਿਟਾਇਰ ਹੋ ਕੇ ਆ ਗਿਆ ਫਰਾਂਸ ਵਿੱਚ ਆਪਣੇ ਬੱਚੇ ਕੋਲ, ਉੱਥੇ ਛੁੱਟੀ ਮਨਾ ਰਹੇ ਸੀਗੇ, ਅਤੇ ਫਿਰ ਮੈਨੂੰ ਮੈਸੇਜ ਆਇਆ ਜੀ NSA ਬੁਲਾ ਰਿਹਾ, ਅਤੇ ਮੈਂ ਕਿਹਾ ਠੀਕ ਹੈ ਜਦੋਂ ਆਵਾਂਗੇ ਮਿਲਾਂਗਾ। ਮਿਲਿਆ, ਕਹਿੰਦਾ ਜੀ ਹਾਊ ਵੁੱਡ ਯੂ ਫੀਲ ਇਫ ਗਵਰਨਮੈਂਟ ਅਪੁਆਇੰਟਸ ਯੂ ਐਜ਼ ਗਵਰਨਰ? ਅਤੇ ਮੈਂ ਕਿਹਾ ਜੀ ਮੈਂ ਤਾਂ ਇਸ ਸਵਾਲ ਦੇ ਵਾਸਤੇ ਤਿਆਰ ਹੀ ਨਹੀਂ ਹਾਂ। ਮੈਂ ਸੋਚਿਆ ਤੁਸੀਂ ਮੈਨੂੰ ਪੁੱਛੋ ਕਿ ਕਸ਼ਮੀਰ ਦੀ ਕੋਈ ਐਡਵਾਈਸ ਹੈ, ਨੌਰਥ ਈਸਟ ਦੀ ਕੋਈ ਐਡਵਾਈਸ ਹੈ, ਪਰ ਇਹ ਤਾਂ ਮੈਨੂੰ ਪਤਾ ਹੀ ਨਹੀਂ। ਲੋਕ ਤਾਂ ਅੱਗੇ ਪਿੱਛੇ ਦੌੜਦੇ ਨੇ, ਕਿਸੇ ਨੂੰ ਲੋਬੀ ਕੁਛ ਨਹੀਂ ਮੈਂ ਕੀਤਾ। ਔਰ ਮੈਨੂੰ, ਮੈਂ ਕਿਹਾ ਜੀ ਦੇਖੋ ਔਨ ਦਾ ਫੇਸ ਆਫ ਇਟ ਤਾਂ ਇਟ ਇਜ਼ 4 ਲੈਵਲਸ ਹਾਇਰ ਇਨ ਦਾ ਪ੍ਰੋਟੋਕੋਲ ਇਨ ਇੰਡੀਆ ਫਰੋਮ ਆਰਮੀ ਚੀਫ ਟੂ ਬੀ ਦਾ ਗਵਰਨਰ। ਓਕੇ, ਆਰਮੀ ਚੀਫ ਇਜ਼ 12th, ਗਵਰਨਰ ਇਜ਼ 8th। ਹਾਂਜੀ, ਅਤੇ ਮੈਂ ਬੜਾ ਖੁਸ਼ ਹਾਂ। ਫਿਰ ਮੈਂ ਉਹਦੇ ਆਫਿਸ ਤੋਂ ਬਾਹਰ ਨਿਕਲਣ ਲੱਗਾ, ਫਿਰ ਵਾਪਸ ਆ ਗਿਆ। ਮੈਂ ਕਿਹਾ ਜੀ ਹੁਣ ਤੁਸੀਂ ਇਸਦਾ ਮੈਂਸ਼ਨ ਕੀਤਾ ਹੈ, ਅਤੇ ਜਿਹੜਾ ਵੀ ਮੈਨੂੰ ਜੋਬ ਦਿਓਗੇ ਮੈਨੂੰ ਇੱਕ ਚੈਲੇਂਜਿੰਗ ਜੋਬ ਦੇ ਦੇਣਾ। ਅੱਛਾ, ਬਸ ਇੰਨਾ ਹੀ ਕਹਿ ਕੇ ਮੈਂ ਵਾਪਸ ਆ ਗਿਆ। 2-3 ਮਹੀਨੇ ਹੋ ਗਏ, ਕੁਛ ਨਹੀਂ ਹੋਇਆ। ਮੈਂ ਕਿਹਾ ਵਾਈਫ ਨੂੰ ਦੱਸਿਆ ਸੀ, ਮੈਂ ਕਿਹਾ ਜੀ ਇਹ ਸ਼ਾਇਦ ਸਾਰਿਆਂ ਨੂੰ ਇਸ ਤਰ੍ਹਾਂ ਹੀ ਪੁੱਛਦੇ ਨੇ ਅਤੇ ਕੁਛ ਨਹੀਂ ਹੁੰਦਾ। ਅਤੇ ਇੱਕ ਦਿਨ ਹੋਮ ਮਿਨਿਸਟਰ ਦੀ ਆਫਿਸ ਦੇ ਟੈਲੀਫੋਨ ਆਈ ਕਿ ਬਈ ਹੋਮ ਮਿਨਿਸਟਰ ਮਿਲਣਾ ਚਾਹੁੰਦੇ। ਮੈਂ ਕਿਹਾ ਮੈਨੂੰ ਇੰਨਾ ਵੀ ਨਹੀਂ ਇਲਮ ਸੀਗਾ ਕਿ ਹੋਮ ਮਿਨਿਸਟਰੀ ਡੀਲ ਕਰਦੀ ਹੈ ਗਵਰਨਰ ਦੀ ਅਪੁਆਇੰਟਮੈਂਟਸ ਦਾ, ਦੈਟ ਦਾ ਬੇਸਿਕ ਮਿਨਿਸਟਰੀ ਵਿਚ ਡੀਲਸ ਵਿਦ ਗਵਰਨਰ। ਮੈਨੂੰ ਪਤਾ ਹੀ ਨਹੀਂ, ਜਦੋਂ ਮੈਂ ਦੌੜਿਆ ਨਹੀਂ ਉਹਦੀ ਰੈਟ ਰੇਸ ਵਿੱਚ ਮੈਂ ਗਿਆ ਨਹੀਂ, ਅਤੇ ਮੈਂ ਕਿਹਾ ਜੀ ਆਪਾਂ ਸ਼ੇਰ ਹਾਂ, ਚੂਹਾ ਤਾਂ ਬਣਨਾ ਨਹੀਂ। ਅਤੇ ਉਹ ਮੈਂ ਕਿਹਾ ਜੀ ਉਹਨਾਂ ਨੇ ਫਿਰ ਅਗੇਨ ਉਹੀ ਸਵਾਲ ਮੇਰੇ ਮਨ 'ਚ ਆਇਆ ਕਿ ਕਸ਼ਮੀਰ ਦੀ ਗੱਲ ਕਰਨਗੇ ਕਿ ਸੂਰਤ ਹਾਲ ਉੱਥੇ ਠੀਕ ਨਹੀਂ, ਇਹ ਦੱਸੋ ਕੀ ਕਰੀਏ, ਜਾਂ ਨੌਰਥ ਹੀ। ਫਿਰ ਉੱਥੇ ਉਹਨਾਂ ਨੇ ਫਿਰ ਇਹੀ ਸਵਾਲ ਪੁੱਛਿਆ ਕਿ ਗਵਰਨਮੈਂਟ ਕੰਸਿਡਰਿੰਗ ਟੂ ਮੇਕ ਯੂ ਅ ਗਵਰਨਰ, ਤੁਸੀਂ ਕੀ ਕਹਿਣਾ? ਇਹਨੇ ਇਸ ਵਾਰੀ ਕਹਿ ਦਿੱਤਾ ਨੌਰਥ ਈਸਟ। ਮੈਂ ਕਿਹਾ ਜੀ 2-3 ਮਹੀਨੇ ਪਹਿਲੇ NSA ਨੇ ਪੁੱਛਿਆ ਸੀਗਾ, ਮੈਂ ਉਹਨੂੰ ਇਹੀ ਕਿਹਾ ਸੀ ਚੈਲੇਂਜਿੰਗ ਜੋਬ ਹੋਏ ਤਾਂ ਆਈ ਵਿਲ ਬੀ ਵੈਰੀ ਹੈਪੀ ਟੂ ਹੈਵ, ਇਟਸ ਅ ਗ੍ਰੇਟ ਪ੍ਰਿਵਿਲੇਜ ਐਂਡ ਪ੍ਰਾਈਡ, ਮੈਟਰ ਆਫ ਪ੍ਰਾਈਡ। ਹੁਣ ਤੁਸੀਂ ਨੌਰਥ ਈਸਟ ਕਹਿ ਰਹੇ ਹੋ, ਮੈਂ ਆਈ ਬੀ ਵੈਰੀ ਹੈਪੀ, ਦੈਨ ਦੇ ਗੇਮ ਯੂ ਅਰੁਣਾਚਲ ਪ੍ਰਦੇਸ਼। ਅੱਛਾ, ਸੋ ਦਿਸ ਇਜ਼ ਵਾਟ ਆਈ ਐਮ ਸੇਇੰਗ। ਮੈਂ ਉੱਥੇ ਗਿਆ, ਉੱਥੇ ਕੋਈ ਗਵਰਨਰ 2 ਸਾਲ ਤੋਂ ਉੱਤੇ ਨਹੀਂ, 3 ਸਾਲ ਵੀ ਨਹੀਂ ਕਿਸੇ ਨੇ ਕੀਤੇ। ਮੈਂ ਪਹਿਲਾ ਗਵਰਨਰ ਜਿਹਨੇ 5.5 ਸਾਲ ਪੂਰਾ ਟੈਨਿਓਰ ਕੰਪਲੀਟ ਕੀਤਾ। ਔਰ ਲੋਕ ਕਹਿੰਦੇ ਜੀ ਅਸੀਂ ਗਵਰਨਰਸ ਦਾ ਨਾਂ ਸੁਣਦੇ ਸੀ ਕਿ ਗਵਰਨਰ ਕੋਈ ਚੀਜ਼ ਹੁੰਦੀ ਹੈ, ਪਰ ਪਹਿਲੀ ਵਾਰੀ ਉਹਨੂੰ ਦੇਖਿਆ ਅਸੀਂ ਦੇਖਿਆ, ਕਿਉਂ ਅਸੀਂ ਦੂਰ ਦਰਾਜ ਏਰੀਆ ਚਲੇ ਜਾਂਦੇ ਸੀ, ਹਰ ਜਗ੍ਹਾ ਚਲੇ ਜਾਂਦੇ ਸੀ। ਮੈਂ ਇਹ ਕਹਿਣਾ ਚਾਹੁੰਦਾ ਸਾਡਾ ਦੇਸ਼ ਬੜਾ ਗ੍ਰੇਟ ਹੈ,
ਸਾਡਾ ਫਿਊਚਰ ਬੜਾ ਬ੍ਰਾਈਟ ਹੈ ਔਰ ਸਾਡੇ ਆਮ ਫੋਰਸਿਸ ਦੁਨੀਆ ਦੀ ਬੈਸਟ ਆਮ ਫੋਰਸਿਸ ਹੈ ਔਰ ਲੀਡਰਸ਼ਿਪ ਇਜ਼ ਆਲਸੋ ਦ ਬੈਸਟ। ਜਸਟ ਬਰੀਫਲੀ, ਉਸ ਗਵਰਨਰਸ਼ਿਪ ਦੇ ਵਿੱਚ ਤੁਸੀਂ ਵਟ ਕਾਇੰਡ ਆਫ ਚੈਲੰਜਸ ਡਿਡ ਯੂ ਫੇਸ? ਆਈਲ ਟੈਲ ਯੂ, ਆਈ ਟਰਾਈਡ ਟੂ ਬੀ ਐਜ਼ ਗੁੱਡ ਅ ਗਵਰਨਰ ਐਜ਼ ਪੋਸੀਬਲ। ਉਹਦੇ 'ਚ ਦੋ ਟਾਸਕ ਹੁੰਦੇ ਨੇ, ਇੱਕ ਅਪਹੋਲਡ ਦ ਰੂਲ ਆਫ ਕਾਨਸਟੀਟਿਊਸ਼ਨ ਐਂਡ ਆਲਸੋ ਸੈਕੰਡਲੀ ਟੂ ਦ ਬੈਸਟ ਆਫ ਯੋਰ ਐਬਿਲਿਟੀ ਵਰਕ ਫੋਰ ਦ ਵੈਲਬੀਇੰਗ ਆਫ ਦ ਪੀਪਲ। ਮੈਂ ਬਸ ਇਹ ਦੋਨੋਂ ਚੀਜ਼ਾਂ 'ਤੇ ਫੋਕਸ ਕੀਤਾ। ਮੈਂ ਕੋਸ਼ਿਸ਼ ਇਹੀ ਕੀਤੀ ਕਿ ਮੈਂ ਇਹਨਾਂ ਦਾ ਫਾਦਰ ਫਿਗਰ ਵਾਕਨ ਕਰਾਂ। ਜਿਹੜੇ ਅਰੁਣਾਚਲ ਟ੍ਰਾਈਬਸ ਹੁੰਦੇ ਨਾ, ਉਹਨਾਂ ਦੇ ਹੈੱਡਮੈਨ ਨੂੰ ਗਾਓਂ ਬੁੜਾ ਕਹਿੰਦੇ ਆ, ਗਾਓਂ ਦਾ ਬੁੜਾ, ਜਿਹੜਾ ਕਿ ਉਹ ਲਾਲ ਕੋਟ ਪਾਉਂਦਾ ਹੈ ਔਰ ਐਡਵਾਈਜ਼ਰ ਹੁੰਦਾ, ਉਹਨੂੰ ਸਾਰੇ ਸੁਣਦੇ। ਮੈਂ ਕਿਹਾ ਮੈਂ ਪੂਰੇ ਸਟੇਟ ਦਾ ਗਾਓਂ ਬੁੜਾ ਹੈਗਾ ਅਤੇ ਮੈਂ ਐਡਵਾਈਜ਼ ਕਰਾਂਗਾ, ਅੱਗੇ ਉਹਨਾਂ ਦਾ ਕੰਮ ਹੈ। ਮੈਂ ਐਗਜ਼ੀਕਿਊਟਿਵ ਪਾਵਰ 'ਤੇ ਹੈ ਨਹੀਂ ਮੇਰੇ ਕੋਲ। ਆਈ ਵਾਜ਼ ਦੈਨ ਸਲੋਲੀ ਸਲੋਲੀ ਆਈ ਅਰਨ ਦ ਯੂ ਕੈਨ ਸੇ ਐਪੀਥੈਟ ਕਿ ਇਹ ਪੀਪਲਸ ਗਵਰਨਰ ਹੈਗਾ। ਅੱਛਾ ਜੀ। ਮੈਂ ਕਿਹਾ ਜੀ ਇਹ ਮੇਰੀ ਬਹੁਤ ਕਿਸਮਤ ਹੈ ਕਿ ਮੈਨੂੰ ਇਹ ਇਹ ਕਈ ਮੈਡਲਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਵੀ 3 generations, ਤੁਹਾਡੇ ਗ੍ਰੈਂਡਫਾਦਰ, ਤੁਹਾਡੇ ਫਾਦਰ ਅਤੇ ਤੁਸੀਂ ਆਰਮੀ ਦੇ ਵਿੱਚ ਗਏ ਹੋ, ਇਜ਼ ਸਮਬਡੀ ਫੋਲੋਇੰਗ ਯੂ? ਵੈਲ, ਵੈਰੀ ਗੁੱਡ ਕੁਐਸਚਨ, ਐਂਡ ਆਈਲ ਟੈਲ ਯੂ, ਮਾਈ ਸਨ ਵਾਂਟਡ ਟੂ ਜੁਆਇਨ ਦੀ NDA। ਆਈ ਵਾਜ਼ ਇਨ ਅਲਜੀਰੀਆ ਐਜ਼ ਡਿਫੈਂਸ ਅਟੈਸ਼ੇ। ਆਈ ਟੋਲਡ ਹਿਮ, ਬੇਟਾ ਅਸੀਂ ਕੈਂਪਿੰਗ ਗਰਾਊਂਡ ਬੈਠੇ ਹਾਂ, ਇਹੀ ਹੈ ਕਿ ਤੂੰ 1-2 ਸਾਲ ਪਿੱਛੇ ਹੋ ਗਏ ਆਪਣੇ ਕੁਲੀਗਸ ਦੇ ਨਾਲ, ਬਿਕੋਜ਼ ਮੇਰੇ ਕਰਕੇ ਮੇਰੀਆਂ ਬੜੀਆਂ ਪੋਸਟਿੰਗਸ ਹੋਈਆਂ ਸੀ। ਮੈਂ ਇਨਫੈਂਟਰੀ ਵਾਲਾ ਹਾਂ ਅਤੇ ਪੋਸਟਿੰਗ ਹੋਈਆਂ, ਤੇਰਾ ਸਟੱਡੀਜ਼ ਡਿਸਟਰਪਟ ਹੋ ਗਈਆਂ, ਤੂੰ NDA 1-2 ਸਾਲ ਪਿੱਛੇ ਜਾਏਗਾ ਆਪਣੇ ਕੁਲੀਗਸ ਦੇ ਨਾਲ, ਬਾਅਦ 'ਚ ਜਦੋਂ ਬ੍ਰਿਗੇਡੀਅਰ ਬਣੇਗਾ ਜਾਂ ਸੀਨੀਅਰ ਰੈਂਕ 'ਚ ਜਾਏਗਾ, ਮਹਿੰਗੀ ਪੈਣਗੀ ਇਹ ਜਿਹੜਾ ਇਹ ਲੋਸ ਆਫ 1-2 ਈਅਰਸ। ਓਕੇ, ਸੋ ਆਈ ਸੈਡ ਵਾਈ ਡੋਂਟ ਯੂ, ਐਂਡ ਲੜਾਈਆਂ ਹੋਣੀਆਂ ਨਹੀਂ, ਅਸੀਂ ਤਾਂ ਪੈਦਾ ਹੋਏ ਸੀ ਅਤੇ World War II ਖਤਮ ਹੋਈ ਆ, ਉਹ ਕਿੰਨੀਆਂ ਕਹਾਣੀ, ਉਹ ਬਰੇਵਰੀ ਐਂਡ ਗੈਲੰਟਰੀ ਐਂਡ ਫਾਈਟਿੰਗ ਫੋਰ ਦ ਓਨਰ ਐਂਡ ਡਿਫੈਂਡ ਦ ਕੰਟਰੀ ਐਂਡ ਦ ਵਰਲਡ, ਫਰੀ ਵਰਲਡ ਫੋਰ ਦ ਫਰੀ ਵਰਲਡ। ਮੈਂ ਕਿਹਾ ਉਹ ਰੋਮੈਂਟਿਕ ਸਿਚੁਏਸ਼ਨ ਆਫ ਵਾਰਫੇਅਰ ਇਜ਼ ਨੋਟ ਲਾਈਕਲੀ ਟੂ ਬੀ। ਹੋਣੀਆਂ ਟੈਰੋਰਿਸਟ ਅਟੈਕਸ ਹੋਣੇ, ਲੋ ਇੰਟੈਂਸਿਟੀ ਕੋਨਫਲਿਕਟ ਹੋਣੀਆਂ, ਵਾਰ ਨਹੀਂ ਹੋਣੀ, ਡਿਫਰੈਂਟ ਕਾਈਂਡ। ਹਾਂ, ਤਾਂ ਮੈਂ ਉਹਨੂੰ ਇਹ ਕਿਹਾ ਕਿ ਤੇਰਾ ਆਪਸ਼ਨ ਹੋਰ ਹੈ ਕਿ ਤੂੰ ਇਕਨੋਮਿਕ ਵਾਰੀਅਰ ਬਣ ਜਾ, ਦੇਸ਼ ਦੀ ਇਕੋਨਮੀ ਵਿੱਚ ਕੰਟਰੀਬਿਊਟ ਕਰ। ਓਕੇ, ਤਾਂ ਹੀ ਇਜ਼ ਡੂਇੰਗ ਪ੍ਰਸਾਈਜ਼ਲੀ ਦੈਟ। ਇੰਡੀਆ 'ਚੋਂ ਬਣੀਆਂ ਹੋਈਆਂ ਚੀਜ਼ਾਂ ਐਕਸਪੋਰਟ ਕਰੀ ਜਾਂਦੇ ਨੇ ਇਨ ਟੂ ਯੂਰਪ ਐਂਡ ਅਮੈਰੀਕਾ, ਹੈਂਡੀਕ੍ਰਾਫਟ, ਹਾਊਸਹੋਲਡ ਐਕਸੈਸਰੀਜ਼ ਐਂਡ ਵੇਰੀਅਸ ਅਦਰ ਥਿੰਗਸ। ਜੀ ਜੀ। ਬਟ ਦਿਲੋਂ ਪੱਕਾ ਸੋਲਜਰ ਦਾ ਪੁੱਤਰ ਹੈ ਔਰ ਪੱਕਾ ਸਿੱਖ ਹੈ। ਲੈਂਡ ਕਰਦਾ ਦਿੱਲੀ ਤਾਂ ਪਹਿਲੇ ਗੁਰਦੁਆਰਾ ਸਾਹਿਬ ਜਾਏਗਾ ਔਰ ਬੰਗਲਾ ਸਾਹਿਬ, ਉੱਥੇ ਨੋਥਾ ਟੇਕੇਗਾ। ਉਹਦੀਆਂ ਬੇਟੀਆਂ ਅੱਧੀ ਫ੍ਰੈਂਚ ਨੇ, ਬਿਕੋਜ਼ ਉਹਦੀ ਵਾਈਫ ਫ੍ਰੈਂਚ ਹੈ, ਅਤੇ ਉਹਨਾਂ ਨੂੰ ਲੈ ਕੇ ਜਾਂਦਾ। ਚਲੋ, ਇਜ਼ ਬੇਸਡ ਇਨ ਫਰਾਂਸ, ਇਜ਼ ਬੇਸਡ ਇਨ ਫਰਾਂਸ। ਓਕੇ, ਉਹ ਜਾਂਦਾ ਜਾਂਦਾ ਛੁੱਟੀ ਮਤਲਬ ਲੈ ਕੇ ਗਿਆ ਬੇਟੀਆਂ ਨੂੰ ਗੋਲਡਨ ਟੈਂਪਲ ਲੈ ਗਿਆ ਅੰਮ੍ਰਿਤਸਰ। ਉੱਥੇ ਕਹਿੰਦਾ ਜੀ ਲੰਗਰ ਛਕੋ, ਪਰ ਉਹਦੇ ਬਾਅਦ ਸੇਵਾ ਕਰਨੀ ਪਏਗੀ। ਦੋਨੋਂ ਬੇਟੀਆਂ ਨੂੰ ਬਿਠਾ ਕੇ ਉਹ ਰੋਟੀਆਂ ਬੇਲਣ ਵਾਸਤੇ ਲਗਾਤਾ, ਫੁਲਕੇ ਬਣਾ ਰਹੀਆਂ ਸੀ, 100-100 ਉਹਨਾਂ ਤੋਂ 100-100 ਬੇਲਿਆ ਰੋਟੀਆਂ ਬਲਵਾਈਆਂ ਕਿ ਵੀ ਤੁਸੀਂ ਇਸ ਤਰ੍ਹਾਂ ਨਹੀਂ ਲੰਗਰ ਛੱਕ ਕੇ ਜਾ ਸਕਦੇ, ਸੇਵਾ ਵੀ ਕਰਨੀ ਹੈ। ਜੇ ਜੇ ਸਾਹਿਬ, ਇਟਸ ਬੀਨ ਅ ਪਲੇਜ਼ਰ ਟਾਕਿੰਗ ਟੂ ਯੂ, ਪਰ ਫਾਈਨਲ ਕੁਐਸਚਨ ਇਹ ਹੈਗਾ, ਤੁਸੀਂ ਜ਼ਿੰਦਗੀ ਦੇ ਵਿੱਚ ਹਰ ਕੁਛ ਗੱਲ ਜਿੱਧਰ ਵੀ ਨਿਗਾਹ ਕੀਤੀ ਅਚੀਵ ਕੀਤਾ, ਐਨੀਥਿੰਗ ਐਟ ਓ, ਕਈ ਵਾਰੀ ਜ਼ਿੰਦਗੀ ਦੇ ਵਿੱਚ ਮੈਂ ਹੁੰਦਾ ਵੀ ਯਾਰ ਆਹ ਵੀ ਕੰਮ ਜਿਹੜਾ ਸੀ ਇਹ ਵੀ ਕਰ ਲੈਂਦੇ ਤਾਂ ਠੀਕ ਸੀ, ਐਨੀਥਿੰਗ ਐਟ ਓ ਜਿਹਦੇ ਵਿੱਚ ਤੁਹਾਨੂੰ ਇਹ ਹੋਵੇ ਵੀ ਮੈਂ ਯਾਰ ਆਹ ਵੀ ਕਰਨਾ ਸੀ? ਐਸੀ ਕੋਈ ਮੈਨੂੰ ਨਹੀਂ ਚੀਜ਼ ਨਜ਼ਰ ਆਉਂਦੀ। ਮੇਰੇ ਦਿਲ ਵਿੱਚ ਕਈ ਚੀਜ਼ਾਂ ਨੇ, ਇੰਪੋਰਟੈਂਟ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਕਿ ਮੈਂ ਨਹੀਂ ਕਰ ਪਾਇਆ। ਹੁਣ ਕਿਤਾਬਾਂ ਲਿਖ ਰਹੇ ਹਾਂ, ਇੱਕ ਦੂਜੀ ਕਿਤਾਬ ਲਿਖ ਰਹੇ ਹਾਂ, ਪਹਿਲੀ ਕਿਤਾਬ ਮੇਰੀ ਆਲਰੇਡੀ ਪਬਲਿਸ਼ ਹੋ ਚੁੱਕੀ ਹੈ, ਐਮਾਜ਼ੋਨ ਵਿੱਚ ਵੀ ਹੈਗੀ, ਕਿੰਡਲ ਦੇ ਵਿੱਚ ਵੀ ਹੈਗੀ। ਸੋ ਆਈ ਐਮ ਸੇਇੰਗ ਆਟੋਬਾਇਓਗ੍ਰਾਫੀ, ਬਟ ਔਨ ਵਾਟ ਸਬਜੈਕਟ ਆਰ ਯੂ? ਦ ਸੈਕੰਡ ਬੁੱਕ ਇਜ਼ ਔਨ ਇੰਡੀਆ ਐਂਡ ਚਾਈਨਾ। ਆਈ ਸੀ। ਇਟਸ ਅ ਵੈਰੀ ਰੈਲੇਵੈਂਟ ਬੁੱਕ, ਬਿਕੋਜ਼ ਸਾਡਾ ਸਭ ਤੋਂ ਵੱਡੀ ਚੁਣੌਤੀ ਚਾਈਨਾ ਦੇ ਨਾਲ ਹੈ ਕਿ ਹਾਓ ਵੀ ਸ਼ੁੱਡ ਸ਼ੇਪ ਆਵਰ ਰਿਲੇਸ਼ਨਸ਼ਿਪ, ਸਾਡੀ ਰਿਲੇਸ਼ਨਸ਼ਿਪ ਕਿਸ ਦਿਸ਼ਾ ਵਿੱਚ ਜਾਣੀ ਚਾਹੀਦੀ, ਉਹ ਉਹਦੇ ਉੱਤੇ ਲਿਖ ਰਿਹਾ ਜੀ। ਜੀ ਜੀ ਸਾਹਿਬ, ਇਟਸ ਬੀਨ ਅ ਪਲੇਜ਼ਰ ਐਂਡ ਰੀਅਲੀ ਆਨਰ ਟੂ ਬੀ ਟਾਕਿੰਗ ਟੂ ਯੂ। ਮੇਰਾ ਵੀ ਬੜਾ ਮਨ ਖੁਸ਼ ਹੋਇਆ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਤੁਹਾਡੇ ਵਿਊਅਰਸ ਨੂੰ ਮੇਰੇ ਸਤਿ ਸ਼੍ਰੀ ਅਕਾਲ ਔਰ ਫਤਿਹ। ਮੈਂ ਕਹਿੰਦਾ ਫਾਈਨਲੀ, ਮੈਂ ਕਿਹਾ ਜੇ ਇਹ ਮੈਂ ਕਹਿ ਦੇਵਾਂ ਕਿ ਸਰ ਨੇ ਤੁਹਾਡਾ ਵੀ ਮਾਰਵਾ ਹੈ ਅਤੇ ਮੇਰਾ ਵੀ ਮਾਰਵਾ ਹੀ ਹੈ। ਦੇਖੋ ਜੀ, ਸਹੀ ਬਾਤ ਹੈ, ਵੀ ਆਰ ਆਫ ਦਾ ਸੇਮ ਕਲੈਨ, ਬਟ ਵੀ ਆਰ ਗੁੱਡ ਹਿਊਮਨ ਬੀਇੰਗਸ, ਵੀ ਆਰ ਸਿੱਖਸ ਐਂਡ ਵੀ ਸ਼ੁੱਡ ਬੀ ਲਾਈਕ ਦੈਟ। ਸੋ ਪਿਆਰੀ ਸਾਧ ਸਿੰਘ ਜੀ, ਇਹ ਸੰਜੇ ਜੇ ਸਿੰਘ ਜੀ ਦੇ ਨਾਲ ਗੱਲ ਕਰਕੇ ਬੜਾ ਹੀ ਚੰਗਾ ਲੱਗਾ। ਸੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ।
ਕਿਸੇ ਕਿਸਮ ਦੀ ਗਲਤੀ ਕਰਕੇ ਹੋਈ ਜ਼ਰੂਰ ਮਾਫ਼ ਕਰਨਾ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।